ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਕਿ ਐਮ ਕਾਲਜ ਸੀ ਡੀ ਈ ਅਤੇ ਸੀ ਸੀ ਐਸ ਕਿਊ ਕਾਲਜ ਦੇ ਵਿੱਚ ਕਲਾਸਿਸ ਨੂੰ ਪੌਜ਼ ਕਰ ਦਿੱਤਾ ਗਿਆ ਆ। ਕਾਫੀ ਸਟੂਡੈਂਟਸ ਜਿਹੜੇ ਆਲਰੇਡੀ ਪੜ੍ਹਦੇ ਪਏ ਸਨ ਉਹਨਾਂ ਦੀ ਪੜ੍ਹਾਈ ਰੁਕ ਗਈ ਆ। ਕਾਫੀ ਐਸੇ ਸਟੂਡੈਂਟਸ ਜਿਨ੍ਹਾਂ ਨੇ ਰਿਫਿਊਜ਼ਲਸ ਆ ਗਈਆਂ ਸੀਗੀਆਂ, ਜਿਨ੍ਹਾਂ ਨੇ ਫੀਸ ਰਿਫੰਡ ਦੀ ਰਿਕੁਐਸਟ ਪਾਈ ਹੋਈ ਸੀਗੀ, ਕੁਛ ਸਟੂਡੈਂਟਸ ਉਹਨਾਂ ਤੋਂ ਸਪਤੰਬਰ 2020 ਤੋਂ ਵੀ ਨੇ, ਉਹਨਾਂ ਨੂੰ ਅਜੇ ਤੱਕ ਫੀਸ ਰਿਫੰਡ ਨਹੀਂ ਮਿਲਿਆ। ਇਸੀ ਪ੍ਰੋਸੈਸ ਦੇ ਵਿੱਚ ਇੱਕ ਡਾਕੂਮੈਂਟ ਸਾਹਮਣੇ ਆਉਂਦਾ ਆ ਕਿ ਇਹ ਤਿੰਨੋਂ ਕਾਲਜਸ ਜਾਂ ਇਹਨਾਂ ਦੀ ਜਿਹੜੀ ਅੰਬਰੇਲਾ ਕੰਪਨੀ ਆ ਉਹ ਟੂਵਰਡਸ ਬੈਂਕਰਪਸੀ ਵਾਲੇ ਪਾਸੇ ਨੂੰ ਵੱਧ ਰਹੀ ਹੈਗੀ ਆ। ਅੱਜ ਇੱਕ ਡਾਕੂਮੈਂਟ ਹੋਰ ਆਇਆ ਜਿਸ ਦੇ ਵਿੱਚ ਜਿਸ ਕੰਪਨੀ ਨੇ ਇਹਨਾਂ ਨੂੰ ਲੋਨ ਦਿੱਤਾ ਸੀ, ਜਿਸ ਕੰਪਨੀ ਨੇ ਇਹਨਾਂ ਨੂੰ ਕਹਿ ਲਓ ਮੌਰਗੇਜ ਦਿੱਤੀ ਸੀਗੀ, ਉਹ ਕੰਪਨੀ ਦਾ ਹਲਫੀਆ ਬਿਆਨ ਕੋਰਟ ਦੇ ਵਿੱਚ ਜਿਹੜਾ ਦਿੱਤਾ ਗਿਆ, ਜਿਹੜੇ ਐਫੀਡੈਵਿਟਸ ਦਿੱਤੇ ਗਏ ਉਹ ਅੱਜ ਬਾਹਰ ਆਏ ਨੇ। ਉਹਨਾਂ ਦੇ ਵਿੱਚ ਕੁਛ ਕਲੋਜ਼ਿਜ਼ ਨੇ ਜਿਹੜੇ ਬਹੁਤ ਇੰਪੋਰਟੈਂਟ ਨੇ, ਉਹ ਇੱਕ ਇੱਕ ਕਲੋਜ਼ ਨੂੰ ਅਸੀਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਬਿਫੋਰ ਵੀ ਡੂ ਦੈਟ, ਇੱਕ ਹੋਰ ਖਬਰ ਆ ਕਿ 17 ਜਨਵਰੀ ਤੱਕ ਇਸ ਕੇਸ ਦੀ ਅਗਲੀ ਡੇਟ ਪਾ ਦਿੱਤੀ ਗਈ ਹੈ। ਸੋ 17 ਜਨਵਰੀ ਨੂੰ ਦੇਖੋ ਕਿ ਕੋਰਟ ਦੇ ਵਿੱਚ ਕੀ ਹੁੰਦਾ, ਪਰ 17 ਜਨਵਰੀ ਤੱਕ ਇਸ ਕੋਰਟ ਇਸ ਕੇਸ ਦੀ ਡੇਟ ਅੱਗੇ ਪਾ ਦਿੱਤੀ ਗਈ ਹੈ। ਇਸ 'ਚ ਇੱਕ ਗੱਲ ਹੋਰ ਸਪਸ਼ਟ ਕਰਨ ਵਾਲੀ ਆ ਕਿ ਆਹ ਜਿਹੜਾ ਕੇਸ ਆ ਇਹ ਫਾਈਨੈਂਸ਼ੀਅਲ ਓਬਲੀਗੇਸ਼ਨਸ ਦੇ ਉੱਤੇ ਆ ਕਿ ਕਿਹੜੇ ਬੰਦੇ ਨੇ ਕਿਸੇ ਨੇ ਲੋਨ ਲਿਆ ਉਹ ਪੇ ਨਹੀਂ ਕਰ ਪਾ ਰਿਹਾ, ਅੱਗੇ ਬੈਂਕਰਪਸੀ ਹੋਣੀ ਕਿ ਨਹੀਂ ਹੋਣੀ, ਇਹ ਕੋਰਟ ਡਿਸਾਈਡ ਕਰੂਗੀ। ਪਰ ਇਸ ਦੇ ਵਿੱਚ ਅਜੇ ਤੱਕ ਸਟੂਡੈਂਟਸ ਵਾਲਾ ਹਿੱਸਾ ਕਿਤੇ ਵੀ ਨਹੀਂ ਆ ਰਿਹਾ ਹੈਗਾ। ਸਟੂਡੈਂਟਸ ਨੇ ਕਿਸੇ ਵੀ ਸਟੂਡੈਂਟ ਨੇ ਅਜੇ ਤੱਕ ਸਾਡੇ ਕੋਲ ਇਹੋ ਜਿਹੀ ਕੋਈ ਨਿਊਜ਼ ਨਹੀਂ ਆਈ ਕਿ ਕਿਸੇ ਵੀ ਸਟੂਡੈਂਟ ਨੇ ਅੱਗੇ ਆ ਕੇ ਆ ਕੀਤਾ ਹੋਵੇ ਕਿ ਉਹਨਾਂ ਨੇ FIRs ਦਰਜ ਕੀਤੀਆਂ ਹੋਣ, ਉਹਨਾਂ ਨੇ ਕੋਈ ਕੰਪਲੇਂਟਸ ਕੀਤੀਆਂ ਹੋਣ ਜਿਹਦੇ ਨਾਲ ਕੋਰਟ ਦੇ ਵਿੱਚ ਉਹਨਾਂ ਦੀ ਰਿਫੰਡ ਦੀ ਗੱਲ ਚੱਲ ਰਹੀ ਹੋਵੇ। ਅਜੇ ਤੱਕ ਜਿਹੜੇ ਪੈਸੇ ਦਾ ਮਸਲਾ ਆ ਉਹ ਸਿਰਫ ਅਤੇ ਸਿਰਫ 3 ਕਾਲਜਸ ਦੀ ਅੰਬਰੇਲਾ ਕੰਪਨੀ ਪਲੱਸ ਜਿਹਨੇ ਲੋਨ ਦਿੱਤਾ ਮੌਰਗੇਜ ਕੰਪਨੀ ਉਹਨਾਂ ਦੇ ਵਿਚਕਾਰ ਚੱਲਦਾ ਪਿਆ ਆ। ਲੈਟ ਸੀ ਕਿ ਅਗਲੇ ਕਲੋਜ਼ਿਸ ਦੇ ਵਿੱਚ ਕੀ ਆ। ਹਰੇਕ ਕਲੋਜ਼ ਨੂੰ ਜਿਹੜੇ ਇੰਪੋਰਟੈਂਟ ਕਲੋਜ਼ ਨੇ ਇਸ ਵਿੱਚ ਤਕਰੀਬਨ 150 ਪੇਜਿਸ ਦਾ ਸ਼ਾਇਦ ਡਾਕੂਮੈਂਟ ਆ, ਉਸ ਵਿੱਚ ਜਿਹੜੇ ਇੰਪੋਰਟੈਂਟ ਪਾਰਟ ਨੇ ਉਹਨੂੰ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਇੱਕ ਇੱਕ ਕਲੋਜ਼ ਸਕਰੀਨ ਦੇ ਉੱਤੇ ਤੁਸੀਂ ਦੇਖ ਪਾਓਗੇ, ਇੱਕ ਇੱਕ ਕਲੋਜ਼ ਨੂੰ ਡਿਸਕਸ ਕਰਦੇ ਹਾਂ। ਪਹਿਲੇ ਹੀ ਕਲੋਜ਼ ਜਿਸ ਦੇ ਵਿੱਚ ਜਿਹੜਾ ਕੰਪਲੇਨਰ ਆ ਜਾਂ ਕਹਿ ਲਓ ਕਿ ਜਿਹਨੇ ਮੌਰਗੇਜ ਦਿੱਤੀ ਆ, ਜਿਹੜਾ ਨਾਮ ਫਰਮ ਕੈਪੀਟਲ ਮੌਰਗੇਜ ਫੰਡ ਇੰਕ ਕੰਪਨੀ ਦਾ ਨਾਮ ਆ, ਉਹਨਾਂ ਨੇ ਇਹ ਇਲਜ਼ਾਮ ਲਗਾਏ ਨੇ। ਉਹਨਾਂ ਨੇ ਇਹਨਾਂ ਕੰਪਨੀਜ਼ ਦੀ ਇੱਕ ਬੈਕਗਰਾਊਂਡ ਦੱਸੀ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਕੰਪਨੀ ਆ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਰਿਕਿਊਟ ਕਰਦੀ ਸੀ ਕਈ ਦੇਸ਼ਾਂ ਵਿੱਚੋਂ ਦੀ, ਪ੍ਰਾਇਮਰਲੀ ਇੰਡੀਆ ਵਿੱਚੋਂ ਦੀ। ਸੋ ਇਸ ਦੇ ਵਿੱਚ ਇੱਕ ਗੱਲ ਜਿਹੜੀ ਸਪਸ਼ਟ ਆ, ਇਹ ਚੈੱਕ ਕਰਨਾ ਪਵੇਗਾ ਕਿ ਜਿਹੜੀ ਕੰਪਨੀ ਆ ਰਿਕਿਊਟਮੈਂਟ ਕਰ ਰਹੀ ਸੀ ਕੀ ਕੈਨੇਡਾ ਸਰਕਾਰ ਵੱਲੋਂ ਇਹ ਕੰਪਨੀ ਕੋਲ ਅਧਿਕਾਰ ਸਨ ਕਿ ਉਹ ਰਿਕਿਊਟ ਕਰ ਸਕਣ, ਕਿਉਂਕਿ ਇਹਨਾਂ ਨੇ ਸਿਰਫ ਇੰਨੀ ਗੱਲ ਹੀ ਨਹੀਂ ਕੀਤੀ। ਅਗਰ ਤੁਸੀਂ ਸਕਰੀਨ ਦੇ ਉੱਤੇ ਦੇਖੋ ਤਾਂ ਉਹਨਾਂ ਨੇ ਵਿੱਚ ਲਿਖਿਆ ਵਿਚ ਇਨ ਟਰਨ ਇਜ਼ ਇੰਟੈਂਡਡ ਟੂ ਪ੍ਰੋਵਾਈਡ ਸਚ ਸਟੂਡੈਂਟਸ ਵਿਦ ਐਨ ਇਮੀਗ੍ਰੇਸ਼ਨ ਪਾਥ ਟੂ ਕੈਨੇਡਾ। ਸੋ ਕੈਨੇਡਾ ਦੇ ਵਿੱਚ ਅਗਰ ਤੁਸੀਂ ਇਮੀਗ੍ਰੇਸ਼ਨ ਐਡਵਾਈਸ ਕਿਸ ਨੂੰ ਦੇਣੀ ਹੋਵੇ ਜਾਂ ਇਮੀਗ੍ਰੇਸ਼ਨ ਪਾਥ ਕਿਸ ਨਾਲ ਡਿਸਕਸ ਕਰਨਾ ਹੋਵੇ ਤਾਂ ਉਹ ਲਈ ਤੁਹਾਨੂੰ ਕੈਨੇਡਾ ਸਰਕਾਰ ਦਾ ਆਥੋਰਾਈਜ਼ਡ ਇਮੀਗ੍ਰੇਸ਼ਨ ਕੰਸਲਟੈਂਟ ਹੋਣਾ ਜ਼ਰੂਰੀ ਆ। ਸੋ ICCRC ਲਾਇਸੈਂਸ ਹੋਣਾ ਜ਼ਰੂਰੀ ਆ। ਸੋ ਇਹ ਵੀ ਇੱਕ ਚੈੱਕ ਕਰਨਾ ਪਵੇਗਾ ਕਿ ਇਹਨਾਂ ਕੰਪਨੀਜ਼ ਕੋਲ ਐਸਾ ਕੋਈ ਲਾਇਸੈਂਸ ਸੀ ਕਿ ਨਹੀਂ ਸੀ। ਦੂਸਰਾ ਕਲੋਜ਼, ਨਿਊਮਰੀਅਸ ਐਲੀਗੇਸ਼ਨਸ ਹੈਵ ਬੀਨ ਮੇਡ ਇਨ ਪੈਂਡਿੰਗ ਲਿਟੀਗੇਸ਼ਨਸ ਦੈਟ RPI ਐਂਡ ਪ੍ਰਿੰਸੀਪਲਸ ਇੰਗੇਜ ਇਨ ਸੀਰੀਅਸ ਮਿਸਕੰਡਕਟ ਐਂਡ ਗਰੋਸਲੀ ਮਿਸ ਐਪਰੋਪ੍ਰੀਏਟਡ ਟਿਊਸ਼ਨ ਫੀਸ ਪੇਡ ਇਨ ਐਡਵਾਂਸ ਬਾਈ ਪ੍ਰਾਇਮਰੀ ਫੋਰਨ ਸਟੂਡੈਂਟਸ। ਸੋ ਇਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਇਲਜ਼ਾਮ ਲਗਾਇਆ ਹੈ ਕਿ ਜਿਹੜੇ ਸਟੂਡੈਂਟ ਇਹਨਾਂ ਦੇ ਉੱਤੇ ਸੀਰੀਅਸਲੀ ਮਿਸਕੰਡਕਟ ਦੇ ਆਲਰੇਡੀ ਕੇਸਿਸ ਨੇ ਅਤੇ ਇਹਨਾਂ ਨੇ ਟਿਊਸ਼ਨ ਫੀਸ ਨੂੰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਟਿਊਸ਼ਨ ਫੀਸ ਨੂੰ ਮਿਸਯੂਜ਼ ਕੀਤਾ ਆ ਜਾਂ ਸਹੀ ਤਰੀਕੇ ਦਾ ਇਸਤੇਮਾਲ ਨਹੀਂ ਕੀਤਾ ਹੈਗਾ। ਸੋ ਇਹ ਸਾਰੇ ਐਲੀਗੇਸ਼ਨ, ਜਿਹੜੀ ਕੰਪਨੀ ਨੇ ਇਹਨਾਂ ਨੂੰ ਲੋਨ ਦਿੱਤਾ ਆ, ਜਿਹੜੀ ਕੰਪਨੀ ਤੋਂ ਇਹ ਮੌਰਗੇਜ ਲਿੱਤੀ ਹੋਈ ਸੀਗੀ, ਉਹਨਾਂ ਕੰਪਨੀ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਇਹਨਾਂ ਉੱਤੇ। ਉਸ ਤੋਂ ਬਾਅਦ ਚੋਂ ਦ ਫਰਮ ਕੈਪੀਟਲ ਲੋਨ ਇਜ਼ ਅ ਰੀਅਲ ਸਟੇਟ ਲੋਨ ਵਿੱਚ was made to and guaranteed by single purpose real estate holding companies that do not own any other assets and are not in any way involved with the operations of the operating applicant. So jehdi company ne loan ditta ya oda saaf hai kehna ya ki us colleges de vich ki ho reha hai ki nahi ho reha oh mortgage company na koi lena dena nahi kyunki jehda loan ditta gaya siga ਉਹ ਉਹਨਾਂ ਦੀ ਰੀਅਲ ਸਟੇਟ ਨੂੰ ਦਿੱਤਾ ਗਿਆ, ਨਾ ਕਿ ਕਾਲਜ ਦੇ ਓਪਰੇਟਿੰਗ ਐਕਸਪੈਂਸਿਸ ਨੂੰ ਰਨ ਕਰਨ ਲਈ ਦਿੱਤਾ ਗਿਆ ਆ। ਇਹਦੇ ਨਾਲ ਹੀ
अगला क्लॉज है नो एडवांस वार्निंग व्हाटसोएवर। सो इस एक होर बड़ी हैरानीजनक गल है कि 6 जनवरी नू अचानक तीन कॉलेजेस तेना दी जिहड़ी अंबरेला कंपनी अचानक जागदी आ ते ओ इस कंपनी नू सवेरे सवेरे नोटिस भेज दिंदी आ 7 तरीक नू इन्हां दी जिहड़ी आ इनिशियल एप्लीकेशन जिहड़ी आ विच वॉज रिटर्नेबल इन बाय द फॉलोइंग डे ऑन January 7। सो January 7 नू आपां नू पता है कि सारा ਦਾ ਸਾਰਾ ਸੀਨ ਸਾਰੇ ਲੋਕਾਂ ਦੇ ਸਾਹਮਣੇ ਆ ਗਿਆ ਸੀ। ਸੋ ਬਿਨਾਂ ਕੋਈ ਵਾਰਨਿੰਗ ਦਿੱਤੇ, ਬਿਨਾਂ ਕੋਈ ਸਪਸ਼ਟੀਕਰਨ ਦਿੱਤੇ, ਬਿਨਾਂ ਕੋਈ ਮੌਕਾ ਦਿੱਤੇ, ਇਹਨਾਂ ਨੇ 6 ਜਨਵਰੀ ਨੂੰ ਅਚਾਨਕ ਹੀ ਹੈ ਮੌਰਗੇਜ ਕੰਪਨੀ ਵਾਸਤੇ ਵੀ ਹੈਰਾਨੀਜਨਕ ਕੰਮ ਕੀਤਾ, ਕਿਉਂਕਿ ਜਦੋਂ ਵੀ CCAA ਪ੍ਰੋਸੀਡਿੰਗਸ ਹੁੰਦੀਆਂ ਨੇ, ਸੋ ਕਹਿਣ ਦਾ ਭਾਵ ਕਿ ਜਦੋਂ ਵੀ ਬੰਦਾ ਬੈਂਕਰਪਸੀ ਵਾਲੇ ਪਾਸੇ ਜਾਂ ਕੰਪਨੀ ਕੋਈ ਬੈਂਕਰਪਸੀ ਵਾਲੇ ਪਾਸੇ ਨੂੰ ਵੱਧਦੀ ਹੈ ਤਾਂ ਕੁਛ ਇਨੀਸ਼ੀਅਲ ਸਟੈਪਸ ਨੇ ਜਿਹੜੇ ਉਹ ਲੈਂਦੇ ਆ। ਪਰ ਇਸ ਕੰਪਨੀ ਨੇ ਜਾਂ ਇਹ 3 ਕਾਲਜਸ ਨੇ ਐਸਾ ਕੋਈ ਇਨੀਸ਼ੀਅਲ ਸਟੈਪ ਨਹੀਂ ਲਿਆ, ਇਹ ਕਹਿਣਾ ਆ ਉਸ ਕੰਪਨੀ ਦਾ ਜਿਸ ਕੰਪਨੀ ਨੇ ਇਹਨਾਂ ਨੂੰ ਲੋਨ ਪ੍ਰੋਵਾਈਡ ਕੀਤਾ ਹੋਇਆ ਸੀਗਾ। ਕਈ ਕੰਪਨੀ ਜਿਹਨੇ ਅੱਗੇ ਲੋਨ ਪ੍ਰੋਵਾਈਡ ਕੀਤਾ ਉਹਨਾਂ ਦੇ ਕੁਛ ਹੋਰ ਬੜੇ ਹੈਰਾਨੀਜਨਕ ਇਲਜ਼ਾਮ ਹੋਰ ਨੇ, ਜਿਸ ਦੇ ਵਿੱਚ ਉਹ ਕਹਿ ਰਹੇ ਆ ਕਿ ਨੋ ਨਿਊ ਸਟੂਡੈਂਟਸ ਆਰ ਬੀਂਗ ਰਿਕਰੂਟਡ ਐਟ ਦਿਸ ਟਾਈਮ ਐਂਡ ਮੋਨੀਟਰ ਐਂਡ ਐਪਲੀਕੈਂਟਸ ਹੈਵ ਅਡਵਾਈਜ਼ ਦੈਟ ਐਨ ਇੰਪੋਰਟੈਂਟ ਗੋਲ ਡਿਊਰਿੰਗ ਦ ਕੈਸ਼ ਫਲੋ ਪੀਰੀਅਡ ਇਜ਼ ਟੂ graduate as many as they can and seek solution for students unable to graduate during the next 2 months. So jehde bachchan ne da 2 months to graduate hona unna layi ta solutions hege ne, par jehde nahi ho rahe unna vaste ajhe tak inna kole koi solution nahi hai te onu labban di koshish kar rahe ne ki oh solutions ki ho sakde ne. ਇਸ ਦੇ ਵਿੱਚ ਅਗਰ ਕਲਾਸ 70 ਦੇਖਿਆ ਜਾਵੇ ਤਾਂ ਇਹ ਸਾਰੀ ਦੇ ਸਾਰੇ ਰੌਲੇ ਦਾ ਮੇਜਰ ਕਾਰਨ ਇਹਨੂੰ ਮੰਨਿਆ ਜਾ ਸਕਦਾ, ਕਿਉਂਕਿ ਇਹਨਾਂ ਦੇ ਹਿਸਾਬ ਨਾਲ ਕਿ ਜਿਹੜੇ ਇਹ ਕਾਲਜ ਸੀਗੇ ਇਹਨਾਂ ਦਾ 80% ਸਕਸੈਸ ਰੇਟ, ਸੋ ਵੀਜ਼ਾਸ 80% ਆ ਰਹੇ ਸੀਗੇ ਜੋ ਕਿ ਡਿੱਗ ਕੇ 25-30% ਹੋ ਗਏ ਆ ਇਨੀਸ਼ੀਅਲੀ। ਸੋ ਜਦੋਂ ਇਹ ਸਾਰਾ ਕੁਝ ਚੰਗਾ ਚੱਲਦਾ ਪਿਆ ਸੀ ਉਦੋਂ 80% ਸਕਸੈਸ ਰੇਟ ਸੀਗਾ ਇਹਨਾਂ ਕਾਲਜਾਂ ਦਾ ਇਹਨਾਂ ਮੋਰਗੇਜ ਕੰਪਨੀ ਦੇ ਹਿਸਾਬ ਨਾਲ। ਹੁਣ ਜਿਹੜਾ ਸਕਸੈਸ ਰੇਟ ਸੀਗਾ ਉਹ ਸਿਰਫ ਤੇ ਸਿਰਫ 25-30% ਰਹਿ ਗਿਆ, ਜਿਹਦੇ ਕਰਕੇ ਇਹਨਾਂ ਨੂੰ ਕਾਫੀ ਲਾਸ ਦਾ ਸਾਹਮਣਾ ਕਰਨਾ ਪੈ ਰਿਹਾ ਆ। ਇੰਨਾ ਹੀ ਨਹੀਂ, ਕਾਫੀ ਸਟੂਡੈਂਟਸ ਦੇ ਜਿਹੜੇ ਹੈਲਥ ਇੰਸ਼ੋਰੈਂਸ ਪ੍ਰੀਮੀਅਮਸ ਹੁੰਦੇ ਨੇ ਉਹ ਵੀ ਇਹ ਜਿਹੜੇ 3 ਕਾਲਜਿਸ ਨੇ ਜਾਂ ਉਹ ਕੰਪਨੀਆਂ ਉਹ ਖਾ ਗਈ, ਜਿਹੜੇ ਤੁਸੀਂ ਫੀਸਿਸ ਦੇ ਵਿੱਚ ਪ੍ਰੀਮੀਅਮਸ ਪੇ ਕੀਤੇ ਉਹ ਪ੍ਰੀਮੀਅਮ ਜਿਹੜੇ ਆ ਉਹ ਇੰਸ਼ੋਰੈਂਸ ਤੱਕ ਨਹੀਂ ਪਹੁੰਚੇ ਐਜ਼ ਪਰ ਦ ਮੋਰਗੇਜ ਕੰਪਨੀ। ਸੋ ਮੋਰਗੇਜ ਕੰਪਨੀ ਦਾ ਜਿਹੜਾ ਹਲਫੀਆ ਬਿਆਨ ਹੈ ਇਹ ਕਾਫੀ ਵੱਡਾ ਆ। ਹੋਰ ਇੰਨਾ ਹੀ ਨਹੀਂ, ਇਸ ਹਲਫੀਆ ਬਿਆਨ ਦੇ ਵਿੱਚ ਉਹਨਾਂ ਨੇ ਸਿੱਧਾ ਸਿੱਧਾ 3 ਕਾਲਜਿਸ ਦੇ ਉੱਤੇ ਮਿਸ ਰਿਪ੍ਰਜੈਂਟੇਸ਼ਨ ਦਾ ਵੀ ਇਲਜ਼ਾਮ ਲਗਾਇਆ। ਉਸ ਮਿਸ ਰਿਪ੍ਰਜੈਂਟੇਸ਼ਨ ਦੀ ਕਹਾਣੀ ਵੀ ਅਸੀਂ ਅੱਗੇ ਡਿਸਕਸ ਕਰਾਂਗੇ। ਇਸ ਦੇ ਵਿੱਚ ਜਦੋਂ ਮੋਰਗੇਜ ਕੰਪਨੀ ਆਪਣਾ ਬਿਆਨ ਦੇ ਰਹੀ ਹੈ, ਨਾਲ ਹੀ ਮਾਈਕਲ ਵਾਰਨਰ ਜੋ ਕਿ ਵਾਈਸ ਪ੍ਰੈਜ਼ੀਡੈਂਟ ਆ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਲੈਂਡਿੰਗ ਫਰਮ ਦਾ, ਉਹਨੇ ਵੀ ਆਪਣਾ ਬਿਆਨ ਦਿੱਤਾ। ਹੋਰ ਉਸ ਬਿਆਨ ਦੇ ਵਿੱਚ ਉਹਨੇ ਕਾਫੀ ਕੁਛ ਇੰਟਰਸਟਿੰਗ ਦੱਸਿਆ, ਜਿਸ ਦੇ ਵਿੱਚ ਸਭ ਤੋਂ ਇੰਪੋਰਟੈਂਟਲੀ ਉਹਨਾਂ ਨੇ ਇਹ ਗੱਲ ਕਹੀ, ਆਲਦੋ ਦ ਐਪਲੀਕੈਂਟ ਸੁਜੈਸਟ ਦੈਟ ਵਨ ਆਫ ਦ ਓਬਜੈਕਟਿਵਸ ਇਜ਼ ਟੂ ਫਾਈਂਡ ਅ ਬਾਇਰ ਫੋਰ ਦੇਅਰ ਐਸੈਟਸ, ਦਿਸ ਅਪੀਅਰ ਟੂ ਬੀ ਐਕਸੀਡਿੰਗਲੀ ਡਿਫੀਕਲਟ ਟੂ ਅਚੀਵ ਫੋਰ ਦ ਫੋਲੋਇੰਗ ਪਰਪਸ। ਕਿਉਂ? ਪਹਿਲੀ ਗੱਲ ਉਹ ਕਹਿ ਰਹੇ ਆ ਕਿ ਸਾਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਅਗਰ ਬੈਂਕਰਪਸੀ ਵਾਲੇ ਪਾਸੇ ਨੂੰ ਜਾ ਰਹੇ ਹਾਂ ਤਾਂ ਬੱਚਿਆਂ ਦਾ ਫਿਊਚਰ ਵੀ ਸਟੇਕ 'ਤੇ ਹੋ ਸਕਦਾ, ਇਸ ਲਈ ਇਹ ਜ਼ਰੂਰੀ ਹੈ ਕਿ ਕੋਈ ਹੋਰ ਬਾਇਰ ਲੱਭਿਆ ਜਾਵੇ। ਪਰ ਇਹ ਮੋਰਗੇਜ ਕੰਪਨੀ ਕਹਿੰਦੀ ਕਿ ਉਹ ਬਾਇਰ ਲੱਭਣਾ ਇਸ ਲਈ ਮੁਸ਼ਕਿਲ ਆ ਕਿਉਂਕਿ ਹੇਠ ਲਿਖੇ ਕਾਰਨਾਂ ਕਰਕੇ ਇਸ ਕਾਲਜ ਦੇ ਜਿਹੜੇ ਡਿਜ਼ਾਸਟਰ ਨੇ ਉਹ ਲੋਕਾਂ ਸਾਹਮਣੇ ਨੇ। ਪਹਿਲਾ ਕਾਰਨ, ਦ ਬਿਜ਼ਨਸ ਮਾਡਲ ਆਫ ਦ ਐਪਲੀਕੈਂਟ ਡਜ਼ ਨਾਟ ਅਪੀਅਰ ਟੂ ਬੀ ਵਾਇਬਲ ਐਜ ਅ ਰਿਜ਼ਲਟ ਆਫ ਚੇਂਜਿਸ ਰਿਗਾਰਡਿੰਗ ਦ ਪ੍ਰੋਸੈਸਿੰਗ ਐਂਡ ਐਕਸੈਪਟੈਂਸ ਰੇਟ ਫੋਰ ਫੋਰਨ ਸਟੂਡੈਂਟ ਵਿਚ ਇਜ਼ ਦ ਰੀਜ਼ਨ ਆਫ ਦ ਬਿਜ਼ਨਸ ਆਫ ਦ ਐਪਲੀਕੈਂਟਸ। ਸੋ ਪਹਿਲਾ ਕਾਰਨ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਇਹਨਾਂ ਦਾ ਜਿਹੜਾ ਕਾਲਜ ਦਾ ਸਕਸੈਸ ਰੇਟ ਆ ਉਹ 80% ਉਹ ਡਿੱਗ ਕੇ 25-30% ਆ ਗਿਆ, ਅਤੇ ਮੋਰਗੇਜ ਕੰਪਨੀ ਨੂੰ ਇਹ ਲੱਗਦਾ ਕਿ ਜਦੋਂ ਬਿਜ਼ਨਸ ਹੀ ਨਹੀਂ ਹੈਗਾ ਇਸ ਲਈ ਕੋਈ ਵੀ ਬੰਦਾ ਇਹਨੂੰ ਨਹੀਂ ਖਰੀਦੇਗਾ। ਦੂਸਰਾ ਕਾਰਨ, ਸੀਰੀਅਸ ਲਾਸ ਆਫ ਬਿਜ਼ਨਸ ਐਜ਼ ਅ ਰਿਜ਼ਲਟ ਆਫ ਦ ਅਰੈਸਟ ਐਂਡ ਫਰੋਡ ਚਾਰਜਿਸ ਲੇਡ ਅਗੇਂਸਟ ਸਰਟਨ ਆਫ ਦ ਪ੍ਰਿੰਸੀਪਲਸ। ਇਹਨਾਂ ਬੰਦਿਆਂ ਨੂੰ ਜਿਹੜਾ ਪਿਛਲੇ ਕਾਲਜ ਰਨ ਕਰਦੇ ਪਏ ਜਿਹੜੇ ਹੁਣ ਬੈਂਕਰਪਸੀ ਵਾਲੇ ਪਾਸੇ ਨੂੰ ਵਧੇ ਨੇ, ਉਹਨਾਂ ਨੂੰ ਅਰੈਸਟ ਵੀ ਕੀਤਾ ਜਾ ਚੁੱਕਾ ਅਤੇ ਉਹਨਾਂ ਉੱਤੇ ਕੁਛ ਫਰੋਡ ਦੇ ਚਾਰਜਿਸ ਵੀ ਲੱਗੇ ਹੋਏ ਨੇ, ਜਿਨ੍ਹਾਂ ਕਰਕੇ ਉਹਨਾਂ ਨੂੰ ਲੱਗਦਾ ਕਿ ਇਹ ਕਾਲਜ ਨੂੰ ਕੋਈ ਛੇਤੀ ਨਹੀਂ ਖਰੀਦੇਗਾ। ਦ ਐਬਸੈਂਸ ਆਫ ਫੁੱਲ ਟਾਈਮ ਕੁਆਲੀਫਾਈਡ ਪ੍ਰੋਫੈਸਰ ਐਟ ਦ ਕਾਲਜ। ਸੋ ਇਹ ਵੀ ਇੱਕ ਕਾਰਨ ਆ ਕਿ ਕਾਲਜ ਦੇ ਵਿੱਚ ਕੋਈ ਵੀ ਫੁੱਲ ਟਾਈਮ ਪ੍ਰੋਫੈਸਰ ਨਹੀਂ ਸੀਗਾ ਐਜ਼ ਪਰ ਦ ਕੰਪਨੀ।
द इंटरनेशनल डैमेज ऑफ द बिजनेस एंड रेपूटेशन। सो यह पूरे जरा सिनेरियो आ जरा पिछले कुछ दिनों तो चल रहा वो करके इन्हों कॉलेजों का काफ़ी ज़्यादा नाम खराब होया जिदे करके कोई छेती इन्हों कॉलेज नहीं खरीदेगा। द सिस्टमैटिक यूज ऑफ ट्यूशन फंड फॉर परपज अदर दैन द पेमेंट ऑफ इंश्योरेंस प्रीमियम्स एंड एजुकेशनल सर्विसिज। सो जी फीसा सगिया बच्चों दीसा आ रही सन उन्होंने इंश्योरेंस प्रीमियम्स लिए पे करने वास्ते एजुकेशन सर्विसिज लिए पे करने के बजाय दूजिया चीज़ों पे की गई जिदे करके फंड्स की कमी हुई। इन्हों फंड्स की कमी करके सारा का सारा सिनेरियो खड़ा होया होया है। सो यह सारे बहुत इंपॉर्टेंट फैक्टर्स ने। हुण इस तो बाद गल करते हैं मिसरप्रजेंटेशन की। सो मिसरप्रजेंटेशन बाय द एप्लीकेंट्स प्रिंसीपल टू फर्म कैपिटल। सो मिसरप्रजेंटेशन जरा धोखेधड़ी गलत इंफॉर्मेशन कल्ली स्टूडेंट्स नाल ही नहीं की गई मॉर्गेज कंपनी के नाल भी मॉर्गेज कंपनी को लगता है कि मिसरप्रजेंट किया गया धोखा किया गया किवें। वो कहते इट हैज़ बीन रीसेंटली कम टू द अटेंशन ऑफ द फर्म कैपिटल दैट द एप्लीकेंट एंड देयर प्रिंसिपल मेड सीरियस मिसरप्रजेंटेशन इन द कॉन्टैक्सट ऑफ द एप्लीकेंट फॉर द फर्म कैपिटल लोन। सो जिन्हों तो लोन लिया उन्होंने गलत डॉक्यूमेंट्स या गलत इंफॉर्मेशन प्रोवाइड की गई। सैकेंडली द प्रिंसिपल्स मेड सीरियस मिसरप्रजेंटेशन ऑन देयर नैटवर्थ स्टेटमेंट्स। जिहड़ियां नैटवर्थ स्टेटमेंट्स भी दित्तियां सी लोन लैन वास्ते उन्हां विच भी मिसरप्रजेंटेशन देखने को मिलती पई है। यह सारे सारे जिहड़े कारण ने इत्थों दी कुछ चीज़ां साबित होंदियां ने कि इन्हां कॉलेज की जिहड़ी कंपनी आ अंबरेला कंपनी इन्हां सारियां दे विच जिहड़ा यह मुद्दा जिहड़ा हुण कोर्ट च गया होया उस दे विच इस टाइम है सुपीरियर कोर्ट के कमर्शियल डिवीजन दे विच उस दे विच जिहड़ी जिहड़ी पार्टी ने लोन दिता सीगा उस पार्टी नू भी इन्होंने मिसरप्रजेंट किया। वो पार्टी जिहड़ी आ अग्रैसिवली इन्हां दे विरुद्ध खड़ चुकी आ। उन्हां नू यह लगता है कि यह जिहड़ी कंपनी आ इन्हां कोले फंड्स अजे भी हैगे ने और कोर्ट नू चाहिदा आ कि वो फंड्स जिहड़े ने वो उस कंपनी दे जिन्ना भी लोन आ वो पे ऑफ करन। सो उस कंपनी का जिहड़ा केस आ वो बेसिकली यह आ कि जो असी लोन दिता सानू साडा लोन वापस मिलना चाहिए आ। जिहड़ा स्टूडेंट्स का परसपैक्टिव आ मेरी कुछ लॉयर्स ना गल हो रही थी इसी हियरिंग नू लैके उस दे विच उन्हां दा एक गल दा कहना है कि अजे तक कोई भी स्टूडेंट्स जां स्टूडेंट्स दा ग्रुप अजे तक कोर्ट दे विच जांदे हुए नज़र नहीं आया हैगा ना उन्हां दीयां कंप्लेंस जांदियां हुईयां नज़र आईयां ने किसी ने कोई FIR जां पुलिस कंप्लेंस कीतियां होण जिस दे विच इह साबित हुंदा होवे कि स्टूडेंट्स दीयां फीस रिफंड्स नहीं कीतियां गईयां। सो काफ़ी स्टूडेंट्स इंडिया तो इस गल लई मैनूं कॉन्टैक्ट करदे पए ने कि उन्होंने फीस पे की पर अज तक उन्हां दा केस रिफ्यूज़ हो गया तो उन्होंने फीस रिफंड नहीं मिली। यह एक परसपैक्टिव आ। अजे तक दूसरा परसपैक्टिव कि जिहड़े स्टूडेंट्स कैनेडा दे विच बैठे ने जिन्होंने एक समैसटर दो समैसटर तीन समैसटर लगा चुके हैं जिन्हों की पढ़ाई शायद खत्म होने वाली सी जां जिन्हों की पढ़ाई चलती पई सी उन्हां बारे की कुछ होएगा। सो यह सारा का सारा केस फॉर नाउ इज जस्ट अबाउट कि बैंकरप्सी होनी आ कि नहीं होनी आ। जिहड़ी कंपनी ने लोन दिता आ वो कहिंदे आ कि बैंकरप्सी ना होन दवो सर कोर्ट नू कह रही है कि इन्हां कोल इन्हां फंड्स हैगे ने वो जिहड़े फंड्स ने उन्हां दी जांच होनी चाहिए आ। तो जिहड़े कॉलेजेस ने वो कह रहे हैं कि साडे हथ खड़े ने साडे कोल फंड्स है नहीं गे असी ना तो बच्चों दी फीस वापस करन दी स्थिति दे विच आ ते ना कॉलेजेस नू रन करन दी स्थिति दे विच हैगे आ। सो यह जिहड़ी सिचुएशन आ इस दे विच इस मॉर्गेज कंपनी दा भी नुकसान होया बट जिहड़ा मेजरली नुकसान होया उस स्टूडेंट्स का होया उस स्टूडेंट्स जिन्हां दीयां फीसां रिफंड होनियां चाहीदियां सी अज तक रिफंड नहीं हुईयां वो भी स्टूडेंट्स जिन्हां दा टाइम अते पैसा दोनों खराब होए जिन्होंने अपने पढ़ाई कर चुके ने भावें एक समैसटर किया तो भावें तीन समैसटर किए। सो उन्हां सारियां वास्ते ही असीं हादा नारा मारदे पए आ। 17 तरीक नूं जदों नवी कोर्ट हेयरिंग हुंदी आ लैट्स सी कि उस दिन की हुंदा आ बट अजे तक जिहड़े स्टूडेंट्स ने फीस रिफंड्स दी एप्लीकेशनस पाईयां ने तो उन्हां नूं कोई जवाब नहीं मिल रहा उन्हां नूं लीगल ओपीनियन जरूर लैने चाहिए ने ते लीगल ओपीनियन तो बाद चों अगे वधना चाहिए आ। काफ़ी ऐसे एजेंट्स ने जिन्हां ने इन्हां कॉलेजां दे विच उन्हां बच्चों नूं पाया उन्हां एजेंट्स तो भी पुछना चाहिए आ कि ऐसे कॉलेजेस दे विच उन्हां ने स्टूडेंट्स नूं क्यों पाया।